ਪੇਕੇ ਮਿਲਣ ਆਏ ਇੱਕ ਵਿਆਹੁਤਾ ਔਰਤ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਦਰਅਸਲ ਜਾਣਕਾਰੀ ਅਨੁਸਾਰ ਇਹ ਔਰਤ ਜੋ ਹੈ ਉਹ ਸਵੇਰੇ 5 ਵਜੇ ਸੈਰ ਕਰਨ ਦੇ ਲਈ ਘਰ ਤੋਂ ਨਿਕਲਦੀ ਹੈ, ਪਰ ਰਾਹ ਦੇ ਵਿੱਚ ਅਵਾਰਾ ਕੁੱਤੇ ਜੋ ਨੇ ਇਸ ਔਰਤ 'ਤੇ ਹਮਲਾ ਕਰ ਦਿੰਦੇ ਨੇ, ਜਿਸ ਤੋਂ ਬਾਅਦ ਇਹ ਜ਼ਖਮੀ ਹੋ ਜਾਂਦੀ ਹੈ। ਹਾਲਾਂਕਿ ਜਦੋਂ ਇਹ ਘਰ ਨਹੀਂ ਵਾਪਸ ਆਉਂਦੀ ਤਾਂ ਪਰਿਵਾਰਕ ਮੈਂਬਰ ਜਦੋਂ ਇਸ ਨੂੰ ਲੱਭਣ ਦੇ ਲਈ ਜਾਂਦੇ ਨੇ ਤਾਂ ਰਾਹ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਦੇਖਦੇ ਨੇ, ਤਾਂ ਉਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਜਾ ਕੇ ਇਸਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਜਿੱਥੋਂ ਇਸ ਨੂੰ ਚੱਕਿਆ ਜਾਂਦਾ ਹੈ ਉੱਥੇ ਹੀ ਕੁਝ ਅਵਾਰਾ ਕੁੱਤੇ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਔਰਤ ਦੇ ਉੱਤੇ ਹਮਲਾ ਕੀਤਾ ਗਿਆ ਸੀ। ਤਾਂ ਦੱਸ ਦਈਏ ਕਿ ਇਸ ਔਰਤ ਦੇ 2 ਬੱਚੇ ਨੇ, ਇੱਕ ਦੀ ਉਮਰ 8 ਸਾਲ ਅਤੇ ਦੂਸਰੇ ਦੀ 4 ਸਾਲ, ਅਤੇ ਇਸਦਾ ਪਤੀ ਜੋ ਹੈ BSF ਦੇ ਵਿੱਚ ਛੱਤੀਸਗੜ੍ਹ 'ਚ ਨੌਕਰੀ ਕਰਦਾ ਹੈ, ਅਤੇ ਕਾਫੀ ਸਮੇਂ ਬਾਅਦ ਇਹ ਆਪਣੇ ਪਿੰਡ ਦੇ ਵਿੱਚ ਆਈ ਹੋਈ ਸੀ, ਆਪਣੇ ਮਾਪਿਆਂ ਨੂੰ ਮਿਲਣ ਦੇ ਲਈ ਆਈ ਸੀ, ਅਤੇ ਜਦੋਂ ਸਵੇਰੇ 5 ਵਜੇ ਸੈਰ ਕਰਨ ਦੇ ਲਈ ਨਿਕਲੀ ਤਾਂ ਕੁਝ ਆਦਮਖੋਰ ਅਵਾਰਾ ਕੁੱਤਿਆਂ ਨੇ ਇਸ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਇਸ ਨੂੰ ਨੋਚ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉੱਥੇ ਹੀ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ ਕਿ ਇਹਨਾਂ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਵੇ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਦੇਖਣ ਦੇ ਵਿੱਚ ਆਉਂਦਾ ਹੈ ਕਿ ਅਵਾਰਾ ਕੁੱਤੇ ਲਗਾਤਾਰ ਬੱਚਿਆਂ ਨੂੰ, ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ। ਕਈ ਵਾਰ CCTV ਵੀ ਸਾਹਮਣੇ ਆਉਂਦੀ ਹੈ, ਪਰ ਹਾਲੇ ਤੱਕ ਇਸਦਾ ਕੋਈ ਯੋਗ ਪ੍ਰਬੰਧ ਨਹੀਂ ਹੋ ਸਕਿਆ। ਹਾਲਾਂਕਿ ਫੌਜੀ ਦੀ ਪਤਨੀ ਨੂੰ ਵੀ ਆਪਣੀ ਜਾਨ ਜੋ ਹੈ ਉਹ ਦੇਣੀ ਪਈ ਹੈ। ਦੱਸ ਦਈਏ ਕਿ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਤਾਂ ਦੱਸ ਦਈਏ ਕਿ ਇੱਕ ਔਰਤ ਜੋ ਹੈ ਆਪਣੇ ਪੇਕਿਆਂ ਦੇ ਵਿੱਚ ਆਈ ਹੋਈ ਸੀ ਮਾਪਿਆਂ ਨੂੰ ਮਿਲਣ ਦੇ ਲਈ, ਪਰ ਕਿਹਾ ਜਾ ਰਿਹਾ ਕਿ ਰਸਤੇ ਦੇ ਵਿੱਚ ਜਦੋਂ ਸੈਰ ਕਰਨ ਦੇ ਲਈ ਜਾ ਰਹੀ ਸੀ ਤਾਂ ਉਸਦੇ ਉੱਤੇ ਕੁਝ ਕੁੱਤਿਆਂ ਨੇ ਹਮਲਾ ਕਰ ਦਿੱਤਾ, ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਹੈ। ਮੇਰੀ ਬੇਟੀ ਦਾ ਨਾਂ ਹਰਜੀਤ ਕੌਰ, ਮੇਰੀ ਬੇਟੀ ਘਰੋਂ ਸੈਰ ਕਰਨ ਗਈ, ਮੈਂ 15 ਕੁ ਮਿੰਟ ਡੀਕੀ, ਮੈਂ 2 ਵਾਰੀ ਬਾਹਰ ਗਈ, ਮੈਂ ਕਿਹਾ ਮੇਰੀ ਬੇਟੀ ਆਈ ਨਹੀਂ ਹਜੇ, ਮੈਂ ਮਗਰ ਚੱਲ ਗਈ। ਇੱਦਾਂ ਹੀ ਜਾਂਦੇ ਜਾਂਦੇ ਮੈਂ ਵੇਖਿਆ ਅਤੇ ਮੈਨੂੰ ਲੱਭੀ ਨਹੀਂ, ਮੈਂ ਫਿਰ ਹੋਰ ਥੋੜ੍ਹੀ ਜਿਹੀ ਗਾੜੀ ਚੱਲ ਗਈ। ਜਦੋਂ ਮੈਂ ਜਾ ਕੇ ਵੇਖਿਆ ਅਤੇ ਉਹਨੂੰ ਕੁੱਤੇ ਨੋਚ ਨੋਚ ਕੇ ਖਾਂਦੇ, ਮੈਂ ਬੋਤਲ ਚੁੱਕੀ ਕੁੱਤਿਆਂ ਨੇ ਮਾਰੀ, ਮੈਨੂੰ ਬੋਤਲ ਨਹੀਂ ਲੱਭੀ, ਹੋਰ ਤਾਂ ਕੁੱਖ ਨਹੀਂ ਲੱਭਾ, ਮੈਂ ਬੋਤਲ ਮਾਰੀ ਤਾਂ ਉਹ ਮੈਨੂੰ ਪੈ ਗਏ। ਮੈਂ ਮੁੰਡਾ ਜਾਂਦਿਆ ਸਾਡਾ, ਮੈਂ ਕਿਹਾ ਵੀ ਪੁੱਤ ਰੋਕੀ ਮੇਰੀ ਕੁੜੀ ਖਾ ਲਈ, ਪਰ ਇਹ 4-5 ਜਾਣੇ ਹੋ ਰਹੀ, ਮੈਂ ਉਹਨਾਂ ਨੂੰ ਸ਼ੈਂਤਾਂ ਮਾਰੀਆਂ, ਫਿਰ ਉਹ ਵੀ ਦੌੜੇ ਆਏ, ਕਈ ਕੋਈ ਲੈ ਕੇ ਉਹਨਾਂ ਨੇ ਡੰਡੇ ਡੁੰਡੇ ਮਾਰੇ, ਫਿਰ ਭੱਜੇ। ਜਦੋਂ ਮੈਂ ਚੁੱਕ ਕੇ ਵੇਖੀ ਆਪਣੀ ਧੀ ਨੂੰ ਨਾਲ ਲਾਈ, ਮੇਰੀ ਧੀ ਆਉਂਦੀ, ਉਹ ਬੇਟੀ ਸਾਹ ਪ੍ਰਣ ਹੈਗੀ ਜਾਂ ਖਤਮ ਹੋ ਚੁੱਕੀ? ਉਹ ਸਾਹ ਕੋਈ ਨਹੀਂ ਉਹਦਾ। ਕੀ ਮੰਗ ਕਰਦੇ? ਉਹ ਮੈਂ ਮੰਗ ਕਰਦੀ ਕੁੱਤੇ ਮਾਰੇ ਜਾਣੇ ਚਾਹੀਦੇ, ਜੇ ਮੇਰੀ ਧੀ ਨੂੰ ਖਾ ਸਕਦੇ ਤਾਂ ਉਹ ਕੁੱਤਿਆਂ ਨੂੰ ਕਿਉਂ ਨਹੀਂ ਮਾਰ ਸਕਦੇ ਤੁਸੀਂ? ਜਿਨ੍ਹਾਂ ਦੀ ਡੈਥ ਹੋਈ ਤੇ ਉਹਨਾਂ ਨੂੰ ਫਿਰ ਇੱਥੇ ਇੱਕ ਕੁੱਤੀ ਸੀ ਪਹਿਲਾਂ, ਤੇ ਉਹਨਾਂ ਉਹਦੇ ਕਰਕੇ ਤੇ ਉਹ ਜਿੱਦਾਂ ਬੁਰਸ਼ੀ ਪਾਈ ਮੂੰਹ ਦੇ ਵਿੱਚ, ਬੁਰਸ਼ੀ ਕਰਦੇ ਕਰਦੇ ਜਾਂਦੇ ਤੇ ਕੁੱਤੀ ਜਿੱਦਾਂ ਪਈ ਤੇ ਸਾਰੇ ਕੁੱਤੇ ਇਕੱਠੇ ਹੋ ਗਏ ਉੱਥੇ। ਹਾਂਜੀ, ਤੇ ਫਿਰ ਉਹਨੂੰ ਵਾਹਵਾ ਖਾਧੀ, ਸਾਰੇ ਹੱਥ ਪੈਰ ਉਹਦੇ ਸਾਰੇ ਖਾ ਲਏ ਸੀਗੇ। ਹਾਂਜੀ, ਹਾਂਜੀ, ਦੇਖੀ ਹੈਨੀ, ਹਾਲਾਤ ਬਹੁਤ ਮਾੜੇ ਸੀ ਇਹਨਾਂ ਦੇ। ਹਾਂਜੀ, ਨਹੀਂ ਉਹਦੇ ਬਾਅਦ ਵਿੱਚ ਇੱਕ ਪਿਆਲੀ ਵਾਲੇ ਆਏ ਸੀ ਅਤੇ ਉਹਨਾਂ ਨੂੰ ਕਹਿੰਦੇ ਕੁੱਤਿਆਂ ਨੇ ਘੇਰਿਆ ਅਤੇ ਫਿਰ ਕੇਂਦਰ ਛਡਾਇਆ ਉਹਨਾਂ ਨੇ। ਹਾਂਜੀ, ਹਾਂਜੀ, ਇਹਦਾ ਹੱਲ ਹੋਣਾ ਚਾਹੀਦਾ। ਜਿਹੜੀ ਲੜਕੀ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਖਾਧਾ, ਉਹ ਮੇਰੀ ਲੜਕੀ ਸੀ। ਉਹ ਘਰ ਤੋਂ 5:30 ਵਜੇ ਸੈਰ ਕਰਨ ਵਾਸਤੇ ਨਿਕਲੀ ਇੱਧਰ ਨੂੰ, ਜੋ ਮੈਂ ਵੀ ਘਰ ਹੀ ਸੀ, ਮੈਂ ਗੁਰਦੁਆਰਾ ਸਾਹਿਬ ਚਲਾ ਗਿਆ,
ਉਹ ਲੜਕੀ ਸੈਰ ਕਰਨ ਨਿਕਲ ਆਈ ਜੋ 20 ਮਿੰਟਾਂ ਦੇ ਅੰਦਰ ਉਹ ਮੈਂ 20 ਮਿੰਟ ਮੇਰੇ ਗੁਰਦੁਆਰੇ ਲੱਗੇ ਉਹ 20 ਮਿੰਟ ਇੱਦਾਂ ਸੈਰ ਕਰਨ ਆ ਗਈ ਉਸਦੀ ਮਾਂ ਨੇ ਮੁੜ ਕੇ ਘਰੋਂ ਬਾਹਰ ਨਿਕਲ ਕੇ ਗਲੀ 'ਚੋਂ ਪਤਾ ਕੀਤਾ ਕਿ ਮੇਰੀ ਲੜਕੀ ਇੱਧਰ ਬਾਹਰ ਨਿਕਲੀ ਬੁਰਸ ਕਰਨ ਵਾਸਤੇ ਜਾਂ ਸੈਰ ਕਰਨ ਵਾਸਤੇ ਨਿਕਲੀ ਆ ਅਤੇ ਕਿੱਧਰ ਨੂੰ ਗਈ ਉਹ ਜੋ ਇੱਕ ਭਈਆ ਸੀ ਉੱਧਰ ਰੱਖਿਆ ਸੀ ਉਹਨੇ ਦੱਸਿਆ ਕਿ ਇੱਧਰ ਨੂੰ ਗਈ ਹੈ ਲੜਕੀ ਇਸ ਸੜਕ ਨੂੰ ਸੈਰ ਕਰਨ ਵਾਸਤੇ ਗਈ ਹੈ ਅਤੇ ਉਹ ਮਾਂ ਉਹਦੀ ਵੀ ਜਿਹੜੀ ਪਿੱਛੇ ਪਿੱਛੇ ਉੱਧਰ ਨੂੰ ਚਲੀ ਗਈ ਜਾ ਕੇ ਅੱਗੇ ਜਾ ਕੇ 2-3 ਕਿੱਲੇ ਵੇਖਿਆ ਜਾ ਕੇ ਅੱਗੇ 'ਚ ਜੋ ਕੁੱਤੇ ਸੀ ਉਹ ਲੜਕੀ ਨੂੰ ਨੋਚ ਨੋਚ ਕੇ ਖਾ ਰਹੇ ਵੇਖਣ ਦੇ ਬਾਵਜੂਦ ਵੀ ਉਹਨੂੰ ਉਸ ਕੁੱਤਿਆਂ ਨੂੰ ਬਹੁਤ ਦਬਕਾਇਆ ਪਰ ਉਹ ਕੁੱਤੇ ਉਸ ਕੋਲ ਨੋਚਣੋਂ ਨਹੀਂ ਹਟੇ ਨੋਚ ਕੇ ਨੋਚ ਕੇ ਖਾ ਕੇ ਉਹਨੂੰ ਉਸ ਦੇ ਦਮ ਨਿਕਾਲ ਦੀ ਨਿਕਲ ਗਏ ਸੀ ਬੇਟੀ ਤੁਹਾਡੇ ਕਿੰਨੇ ਚਿਰ ਪਹਿਲਾਂ ਆਈ ਅਤੇ ਉਹਦੇ ਘਰ ਵਾਲੇ ਕਰਦੇ ਉਹਦੇ ਘਰ ਵਾਲੇ BSF ਦੇ ਵਿੱਚ ਸਰਵਿਸ ਕਰਦੇ ਆ ਅਤੇ ਬੇਟੀ ਮੇਰੀ ਜੋ ਇੱਥੇ ਕਿਸ਼ਨਪੁਰ ਦੀ ਰਹਿਣ ਲਈ ਅਤੇ 29 ਤਰੀਕ ਨੂੰ ਆਈ ਆ 2 ਦਿਨ ਮੇਰੇ ਘਰ ਰਹੀ ਆ ਤੀਸਰੇ ਦਿਨ ਸੁਬਾਹ 5:30-6 ਵਜੇ ਮੌਤ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਚਲੋ ਇਹਨਾਂ ਦਾ ਕੋਈ ਨਾ ਕੋਈ ਅੱਗੇ ਵੀ ਬਹੁਤ ਇਹੋ ਜਿਹੇ ਕਾਂਡ ਹੁੰਦੇ ਆ ਪਰ ਕੋਈ ਹੱਲ ਨਹੀਂ ਹੁੰਦਾ ਇਹਦਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਕਿ ਇਹਨਾਂ ਦਾ ਕੋਈ ਹੱਲ ਕੋਈ ਮਸਲਾ ਕੋਈ ਇਹਨਾਂ ਦਾ ਕਰਨਾ ਚਾਹੀਦਾ ਚਾਹੇ ਕੋਈ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਚਾਹੇ ਇਹਨਾਂ ਦਾ ਕੋਈ ਨਾ ਕੋਈ ਬਣਾਉਣਾ ਚਾਹੀਦਾ ਜਿਹੜਾ ਇਹਨਾਂ ਨੂੰ ਕਿਤੇ ਬੰਦ ਕੀਤੇ ਜਾਣ ਚਾਹੇ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਚਾਹੇ ਇਹਨਾਂ ਨੂੰ ਗਾਂਹ ਤੋਂ ਇਹਨਾਂ ਨੂੰ ਕਿਤੇ ਅਵਾਰਾ ਕੁੱਤੇ ਜਿਹੜੇ ਇਹਨਾਂ ਨੂੰ ਮਾਰਨੇ ਚਾਹੀਦੇ ਆ ਪਹਿਲੇ ਵੀ ਮਾਰਦੇ ਕੋਈ ਹੁਣ ਵੀ ਮਾਰਨੇ ਚਾਹੀਦੇ ਇਹਨਾਂ ਨੂੰ ਪਰ ਜੇ ਇਹ ਕੋਈ ਨਹੀਂ ਸੁਣਦਾ ਬੜੀ ਵਾਰੀ ਇਹੋ ਜਿਹੇ ਕਾਂਡ ਹੋਏ ਆ ਪ੍ਰਸ਼ਾਸਨ ਇਹ ਆ ਕਿ ਜੇ ਕੋਈ ਅਸੀਂ ਹੁਣ ਵੀ DC ਦੇ ਵੀ ਦਰਖਾਸਤ ਭੇਜੀ ਆ ਅਖਬਾਰ 'ਚ ਵੀ ਕਢਾਇਆ ਪਰ ਕੋਈ ਨਹੀਂ ਇਹ ਸਭ ਇੱਦਾਂ ਰੁਲਦਾ ਰਹਿੰਦਾ ਕੋਈ ਨਹੀਂ ਸੁਣਦਾ ਇਹ ਜਦੋਂ ਕੋਈ ਕਾਂਡ ਹੁੰਦਾ ਉਦੋਂ 1-2 ਦਿਨ ਹੁੰਦਾ ਰੌਲਾ ਰੱਪਾ ਮੁੜ ਕੇ ਬਾਅਦ 'ਚ ਕੁਝ ਨਹੀਂ ਹੁੰਦਾ